ਘਰ ਰਾਸ਼ਨ ਪਹੁੰਚਾਉਣ ਦੀ ਸਕੀਮ ਨੂੰ ਲੈ ਕੇ ਅੱਜ ਜਿਹੜਾ ਆ ਰੈਲੀ ਰੱਖੀ ਗਈ ਆ ਖੰਨਾ ਦੇ ਵਿੱਚ। ਸਾਡੇ ਨਾਲ ਮੰਤਰੀ ਜਿੰਪਾ ਸਾਹਿਬ ਮੌਜੂਦ ਨੇ, ਗੱਲਬਾਤ ਕਰਦੇ ਆ। ਮੰਤਰੀ ਸਾਹਿਬ, ਘਰ ਘਰ ਰਾਸ਼ਨ ਜਿਹੜਾ ਪਹੁੰਚਾਇਆ ਜਾਣਾ, ਇਸ ਪਰ ਪਹਿਲਾਂ ਇਹ ਦੱਸੇਗਾ ਕਿ ਡਿਪੂਆਂ 'ਚ ਲੋਕ ਜਾਂਦੇ ਹੁੰਦੇ ਸੀ। ਦੇਖੋ ਜੀ, ਬਹੁਤ ਵੱਡੀ ਯੋਜਨਾ ਹੈ ਜੇ ਤੁਹਾਡੀ ਸਰਕਾਰ ਤੁਹਾਡੇ ਦੁਆਰ। ਅੱਜ ਪੂਰੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਮੁਹਿੰਮ ਚੱਲ ਰਹੀ ਹੈ ਔਰ 30 ਦਿਨ ਚੱਲਣੀ ਹੈ, ਜਿਹਦਾ ਅੱਜ ਪੰਜਵਾਂ ਦਿਨ ਹੈ, ਸ਼ਾਇਦ ਚੌਥਾ ਜਾਂ ਪੰਜਵਾਂ ਦਿਨ ਲਗਾਤਾਰ ਹੈ। ਮੈਂ ਉੱਥੋਂ ਲੋਕਾਂ ਦੇ ਵਿੱਚੋਂ ਆ ਰਿਹਾ ਇਸ ਵੇਲੇ। ਲੋਕਾਂ ਦੇ 10-10 ਪੁਰਾਣੇ ਡੈਥ ਸਰਟੀਫਿਕੇਟ ਨਹੀਂ ਬਣੇ ਨਾ ਸਰਕਾਰਾਂ ਦੇ ਵਿੱਚ, ਲੇਕਿਨ ਉਹ ਅੱਜ ਲੋਕਾਂ ਦੇ ਉੱਥੇ ਬਹਿ ਕੇ ਉਹਨਾਂ ਦੇ ਦੁਆਰ ਦੇ ਉੱਤੇ ਬਣ ਰਹੇ ਆ। ਇੱਦਾਂ ਹੀ ਜਿਹੜੀ ਰਾਸ਼ਨ ਦਾ ਪ੍ਰੋਗਰਾਮ ਹੈ, ਇਹ ਲੋਕ ਲਾਈਨਾਂ 'ਚ ਖੜ੍ਹੇ ਰਹਿੰਦੇ। ਬਜ਼ੁਰਗ ਆਦਮੀ ਕਣਕ ਲੈਣ ਜਾਂਦਾ, ਉਹ ਈ ਰਿਕਸ਼ਾ ਲੱਭਦਾ, ਰਿਕਸ਼ਾ ਲੱਭਦਾ, ਸਾਈਕਲ ਲੱਭਦਾ, ਕਿਸੇ ਬੱਚੇ ਨੂੰ ਆਵਾਜ਼ ਮਾਰਦਾ, ਕਈ ਵਾਰੀ ਕੋਈ ਵੀ ਨਹੀਂ ਨਾਲ ਹੁੰਦਾ। ਅੱਜ ਉਹਦੇ ਘਰ ਜਦੋਂ ਰਾਸ਼ਨ ਪਹੁੰਚੇਗਾ ਤਾਂ ਉਹ ਕੀ ਕਰੇਗਾ? ਉਹ ਸੀਸਾਂ ਤਾਂ ਦੇਗਾ ਨਾ ਜੀ? ਇੱਦਾਂ ਕਦੀ ਹੁੰਦਾ? ਮੈਨੂੰ ਦੱਸੋ ਪਹਿਲਾਂ। ਇਹ ਪ੍ਰਮਾਣ ਕਰ ਦਿੱਤਾ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ, ਮੁੱਖ ਮੰਤਰੀ ਪੰਜਾਬ ਨੇ। ਸਾਡੀ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਦੀ ਆਲਰੇਡੀ ਸਕੀਮ ਚੱਲ ਰਹੀ ਸੀ, ਲੇਕਿਨ ਇੱਥੇ ਪ੍ਰਮਾਣਿਤ ਹੋ ਗਿਆ ਕਿ ਸਰਕਾਰ ਨੇ ਜਿਹੜੀਆਂ ਗੱਲਾਂ ਕਹੀਆਂ ਸੀ ਉਸ ਤੋਂ ਵੀ ਵਾਧਾ ਜਾ ਕੇ ਕੰਮ ਕੀਤਾ ਹੈ। ਬਿਲਕੁਲ, ਚਾਹੇ ਵਿਰੋਧੀ ਇੱਕ ਵਾਰ ਸਵਾਲ ਤਾਂ ਜ਼ਰੂਰ ਚੁੱਕਦੇ ਆ ਕਿ ਪੰਜਾਬ ਸਰਕਾਰ ਉੱਤੇ ਬਜਟ ਤਾਂ ਜ਼ਰੂਰ ਇਸ ਚੀਜ਼ ਨੂੰ ਲੈ ਕੇ ਫਰਕ ਪਊਗਾ, ਕਿਉਂਕਿ ਆਟਾ ਲੋਕਾਂ ਦੇ ਘਰਾਂ 'ਚ ਪਹੁੰਚਾਉਣਾ, ਉਸ ਨੂੰ ਪਿਸਵਾਉਣਾ ਅਤੇ ਵੈਨਾਂ ਜਿਹੜੀਆਂ ਜਿਹਨਾਂ ਛੱਡਣ ਜਾਣਾ ਆ। ਇਹ ਉਹ ਵਿਰੋਧੀ ਹੈ ਜਿਨ੍ਹਾਂ ਨੇ ਕਹਿੰਦੇ ਸੀਗੇ ਸਾਡਾ ਪੀਪਾ ਖਾਲੀ ਆ। ਦੇਖੋ, ਖਜ਼ਾਨੇ ਨੂੰ ਕੋਈ ਪੀਪਾ ਕਹਿੰਦਾ ਹੈ? ਇੱਥੇ ਹੁਣ ਇਹ ਇਹਨਾਂ ਦਾ ਤਾਂ ਪੀਪਾ, ਇਹਨਾਂ ਨੇ ਪੀਪਾ ਖਾਲੀ ਰੱਖਿਆ, ਕੋਈ ਨੀਤਾਂ ਖਾਲੀ ਸੀ, ਖਿਆਲ ਨਹੀਂ ਸੀਗਾ, ਦਿਲ ਨਹੀਂ ਸੀਗਾ, ਨੀਯਤ ਨਹੀਂ ਸੀ। ਸਿਰਫ ਆਪਣਾ ਪਤਾ ਸੀ ਕਿ ਅਸੀਂ ਮਿਨਿਸਟਰ ਬਣ ਗਏ, ਅਸੀਂ ਚੀਫ ਮਿਨਿਸਟਰ ਬਣ ਗਏ। ਅਤੇ ਮਾਨ ਸਾਹਿਬ ਤੋਂ ਇਹ ਹੈ, ਲੋਕਾਂ ਦਾ ਘਰ ਪਿਆ, ਅੱਜ ਆਟੇ ਨਾਲ ਪੀਪਾ ਭਰਨ ਲੱਗਾ। ਤੁਸੀਂ ਦੇਖੋ, ਇਹ ਬੜੀ ਵੱਡੀ ਗੱਲ ਹੈ। ਸਾਨੂੰ ਅਸੀਂ ਦੇਖੀਦਾ ਵੀ ਅਸੀਂ ਕਿਸੇ ਬਜ਼ੁਰਗ ਨੇ ਕੋਈ ਕਣਕ ਲੈ ਕੇ ਜਾਣਾ, ਅਸੀਂ ਉਹਦੀ ਹੈਲਪ ਕਰਦੇ ਹਾਂ ਅੱਗੇ ਜਾ ਕੇ, ਅਤੇ ਇਹ ਕਿੱਥੇ ਸੁੱਤੇ ਪਏ ਸੀ? ਇਹਨਾਂ ਦਾ ਅੱਗੇ ਕੁਐਸਚਨ ਹੈ, ਇਹਨਾਂ ਨੂੰ ਪੁੱਛਿਆ ਜਾਵੇ ਵੀ ਜੇ ਇਹਨਾਂ ਨੂੰ ਕਾਹਦਾ ਫਿਕਰ ਹੈ? ਪਸਵਾਈ ਸਰਕਾਰ ਦੇ ਰਹੀ ਹੈ, ਸਭ ਕੁਝ ਕਰ ਰਿਹਾ, ਅਤੇ ਇਹਨਾਂ ਨੂੰ ਕਾਹਦਾ ਫਿਕਰ ਹੈ? ਇਹ ਦੱਸਣ ਦਾ ਇਹਨਾਂ ਨੂੰ 1 ਤਰੀਕ ਨੂੰ ਸੱਦਿਆ ਸੀ ਮੁੱਖ ਮੰਤਰੀ ਸਾਹਿਬ ਨੇ ਵੀ 3 ਲੱਖ ਕਰੋੜ ਰੁਪਈਆ ਕਿੱਥੇ ਖਰਚਿਆ ਦੱਸੋ ਸਾਨੂੰ ਆ ਕੇ, ਜੇ ਅਸੀਂ ਖਰਚਾਂਗੇ ਤਾਂ ਅਸੀਂ ਦੱਸਾਂਗੇ ਲੋਕਾਂ ਨੂੰ ਵੀ ਇੱਥੇ ਖਰਚਿਆ। 42,000 ਨੌਕਰੀਆਂ ਦਿੱਤੀਆਂ ਬੱਚਿਆਂ ਨੂੰ, 700 ਮਹੱਲਾ ਕਲੀਨਿਕ ਦਵਾਈਆਂ ਨਾਲ ਭਰੇ ਪਏ ਆ, ਸਿਵਲ ਹੋਸਪਿਟਲ 'ਚ ਹਰੇਕ ਦਵਾਈ ਫ੍ਰੀ ਮਿਲਦੀ ਪਈ ਆ। ਹੋਰ ਤੁਸੀਂ ਦੱਸੋ, ਕਦੀ ਇੱਦਾਂ ਹੋਇਆ? ਦੋ ਸਾਲ ਸਰਕਾਰ ਦੇ ਪੂਰੇ ਨਹੀਂ ਹੋਏ, ਇਹ ਤਾਂ ਵੋਟਾਂ ਮਿਲੇ ਬਾਹਰ ਨਿਕਲਦੇ ਸੀ ਅਤੇ ਅਸੀਂ ਲੋਕਾਂ ਦੇ ਵਿੱਚ, ਸਾਨੂੰ ਲੱਭ ਲਓ ਸਰ। ਜਿੰਨੇ ਮੁੱਖ ਮੰਤਰੀ ਜੀ ਖੁਦ ਔਰ ਉਹਨਾਂ ਦੇ ਜਿੰਨੇ ਸਿਪਾ ਸਲਾਰ ਆ, ਜਿੰਨੇ ਉਹਨਾਂ ਦੀ ਕੈਬਨਿਟ ਆ, ਉਹਨਾਂ ਦੇ ਸਭ ਲੋਕਾਂ ਦੇ ਵਿੱਚ ਬੈਠੇ ਆ। ਆਖਰੀ ਸਵਾਲ ਆ, ਨਿੱਜੀ ਤੌਰ ਤੇ ਤੁਸੀਂ ਕੀ ਸੋਚਦੇ ਜੇ ਪਾਰਟੀ ਤੋਂ ਉੱਪਰ ਉੱਠ ਕੇ ਦੀ ਗੱਲ ਕਰ ਲਈਏ, ਜਿਸ ਤਰ੍ਹਾਂ ਸਕੀਮਾਂ ਆ ਰਹੀਆਂ ਨੇ ਲਗਾਤਾਰ, ਤਾਂ ਉਹਨਾਂ ਨੂੰ ਲੈ ਕੇ ਤੁਹਾਡੇ ਮਨ 'ਚ ਕੀ ਚੱਲਦਾ, ਕਿਉਂਕਿ ਇਨ ਫਿਊਚਰ ਦੀਆਂ ਪਲੈਨਿੰਗ ਆ, ਉਹਨੂੰ ਇੰਪਲੀਮੈਂਟ ਕਿਵੇਂ ਕਰਨਾ, ਤਾਂ ਉਹਦੀ ਨਿੱਜੀ ਤੌਰ ਤੇ ਵੀ ਜ਼ਰੂਰ ਚਿੰਤਾ ਤੁਸੀਂ ਜ਼ਾਹਰ ਕਰਦੇ ਹੋ ਸਕਦੇ? ਮੇਰੇ ਲਿਹਾਜ਼ ਨਾਲ ਇਹਨੂੰ ਬੜੇ ਪਰਪੱਕ ਬੜੀ ਮਜੋਰਟੀ ਨਾਲ ਲਾਗੂ ਕੀਤਾ ਗਿਆ ਔਰ ਇਹਦੀ ਹਰੇਕ ਜਿਹੜੀ ਮੁੱਖ ਮੰਤਰੀ ਜਿਹੜੀ ਗੱਲ ਕਹੀ ਸੀ ਲੋਕਾਂ ਦੇ ਵਿੱਚ ਉਹ ਪੂਰੀ ਹੋਏਗੀ, ਕੋਈ ਚਿੰਤਾ ਵਾਲੀ ਗੱਲ ਨਹੀਂ। ਇਹਨੂੰ ਬੜੇ ਮਚੋਰ ਲੈਵਲ 'ਤੇ ਇਸ ਤੋਂ ਵੀ ਵਧੀਆ ਕਰਨ ਦੀ ਮੁੱਖ ਮੰਤਰੀ ਜੀ ਕੋਸ਼ਿਸ਼ ਕਰ ਰਹੇ ਆਉਣ ਵਾਲੇ ਟਾਈਮ। ਜਿਹੜੀ ਫਰਿਸ਼ਟ ਸਕੀਮ ਹੈ, ਲੋਕ ਤੁਹਾਡੇ ਬੱਚੇ ਪਰਮਾਤਮਾ ਕਰੇ ਹੁਣ ਅਸੀਂ ਆਏ ਹਾਂ, ਬੰਦਾ ਹਰ ਵੇਲੇ ਐਕਸੀਡੈਂਟ ਦਾ ਖਤਰਾ, ਰੋਡ ਦੇ ਉੱਤੇ ਟ੍ਰੈਫਿਕ ਇੰਨਾ ਹੈ, ਕਦੀ ਕਿਸੇ ਨੇ ਸੋਚਿਆ ਸੀ ਕਿ ਉਹਨੂੰ ਲੈ ਕੇ ਕਿਹਨੇ ਜਾਣਾ? ਜੇ ਅੱਜ ਤੁਹਾਡੀਆਂ ਗੱਡੀਆਂ ਖੜੀਆਂ ਫੋਰਨ ਸਟਾਈਲ, ਬਾਹਰ ਕੈਮਰੇ ਲੱਗੇ ਹੋਏ, ਵਰਦੀ ਵਾਲੇ ਅੱਛੇ ਨੌਜਵਾਨ, 4,000 ਬੱਚਾ ਰੱਖਿਆ ਉਹਦੇ ਵਿੱਚ, ਸੋ ਇਹ ਕਿਹਨੇ ਸੋਚਣਾ ਸੀ? ਉਸੇ ਉਹਨਾਂ ਨੂੰ ਕੱਢਣਾ ਕਿੱਦਾਂ? ਉਹਦਾ ਵੀ ਜੁਗਾੜ ਸਾਰੇ ਉੱਥੇ ਆਲੇ ਦੁਆਲੇ ਰੱਖੇ ਆ, ਹਰ 30 ਕਿਲੋਮੀਟਰ ਬਾਅਦ ਗੱਡੀ ਖੜੀ ਹੈ। ਸਰ ਇਹ ਸਰਕਾਰ ਦਾ ਕੰਮ ਕਰਨ ਦਾ ਤਰੀਕਾ ਤਾਂ ਇਹ ਸੀਗਾ, ਇਹ ਕਿੱਥੇ ਗਏ ਸੀ? ਇਹਨਾਂ ਨੇ ਸਵਾਏ ਲੁੱਟ ਖਸੁੱਟ ਤੋਂ ਕੁਛ ਨਹੀਂ ਕੀਤਾ। ਬਹੁਤ ਬਹੁਤ ਧੰਨਵਾਦ ਜੀ। ਸੋ ਸਾਡੇ ਨਾਲ ਮੰਤਰੀ ਜਿੰਪਾ ਜੀ ਮੌਜੂਦ ਸੀਗੇ, ਗੱਲਬਾਤ ਕੀਤੀ, ਤਾਂ ਇਹਨਾਂ ਨੇ ਵਿਰੋਧੀਆਂ ਉੱਤੇ ਜਿਸ ਤਰ੍ਹਾਂ ਤਵੇ ਲਾਉਂਦੇ ਹੋਏ ਇਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਵਧੀਆ ਕੰਮ ਚੱਕੇਗੀ। ਹਾਲਾਂਕਿ ਵਿਰੋਧੀ ਪਾਰਟੀਆਂ ਜਿਹੜੀਆਂ ਸਵਾਲ ਜ਼ਰੂਰ ਚੁੱਕਦੀਆਂ, ਪਰ ਆਮ ਆਦਮੀ ਪਾਰਟੀ ਕੰਮ ਕਰਕੇ
ਜ਼ਰੂਰ ਦਿਖਾਏਗੀ। ਕੈਮਰਾਮੈਨ ਵਤਨ ਦੇ ਨਾਲ ਅਮਨਦੀਪ ਸਿੰਘ ਗੜੀ, ਪ੍ਰੋ ਪੰਜਾਬ ਟੀਵੀ, ਖੰਨਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀਐਮ ਦੀ ਯੋਗਸ਼ਾਲਾ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ, ਕਿਉਂਕਿ ਸੂਬਾ ਸਰਕਾਰ ਦੇ ਯਤਨਾਂ ਸਦਕਾ ਲੋਕ ਸਿਹਤ ਪ੍ਰਤੀ ਵਧੇਰੇ ਜਾਗਰੂਕ ਹੋਏ ਹਨ। ਇਸ ਨਾਲ ਯੋਗਾ ਇੰਸਟ੍ਰਕਟਰਾਂ ਅਤੇ ਹੋਰ ਸਟਾਫ ਮੈਂਬਰਾਂ ਦੇ ਲਈ ਨੌਕਰੀ ਦੇ ਮੌਕੇ ਪੈਦਾ ਕੀਤੇ ਹੋਏ ਨੇ। ਪੰਜਾਬ ਸਰਕਾਰ ਦੀ ਇਸ ਮੁਹਿੰਮ ਨੂੰ ਲੈ ਕੇ ਮੈਂ ਬਹੁਤ ਹੀ ਜ਼ਿਆਦਾ ਐਕਸਾਈਟਿਡ ਸੀ। ਇਸ ਕੰਮ ਨੂੰ ਕਰਕੇ ਮੈਨੂੰ ਬਹੁਤ ਹੀ ਜ਼ਿਆਦਾ ਆਪਣੇ ਆਪ ਦੇ ਵਿੱਚ ਵੀ ਚੇਂਜ ਆ ਰਿਹਾ, ਮੇਰੇ ਐਕਸਪੀਰੀਅੰਸ ਦੇ ਵਿੱਚ ਵੀ ਬਹੁਤ ਵਾਧਾ ਹੋ ਰਿਹਾ, ਇਸ ਲਈ ਅਸੀਂ ਪੰਜਾਬ ਸਰਕਾਰ ਦੇ ਬਹੁਤ ਧੰਨਵਾਦੀ ਹਾਂ। ਪੰਜਾਬ ਸਰਕਾਰ ਨੇ ਯੋਗਾ ਇੰਸਟ੍ਰਕਟਰ ਬਣਨ ਲਈ ਦਿਲਚਸਪੀ ਰੱਖਣ ਵਾਲੇ ਨੌਜਵਾਨਾਂ ਲਈ ਪ੍ਰਮਾਣਿਤ ਯੋਗਾ ਸਿਖਲਾਈ ਕੋਰਸਾਂ ਦੀ ਸ਼ੁਰੂਆਤ ਕੀਤੀ ਹੈ, ਜਿਸ ਨਾਲ ਨੌਜਵਾਨ ਇੰਸਟ੍ਰਕਟਰਾਂ ਲਈ ਨੌਕਰੀ ਦੇ ਮੌਕੇ ਪੈਦਾ ਹੋਏ ਨੇ। ਮੈਨੂੰ ਸਿੰਧ ਯੋਗਸ਼ਾਲਾ ਦੇ ਵਿੱਚ ਜੋਬ ਕਰ ਜੋ ਮਿਲੀ ਆ, ਇਸ ਲਈ ਮੈਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਇੱਥੇ ਮੈਂ ਇੱਕ ਸੁਪਰਵਾਈਜ਼ਰ ਦਾ ਕੰਮ ਕਰਦਾ, ਫਗਵਾੜਾ ਸ਼ਹਿਰ ਦੇ ਵਿੱਚ ਲੋਕਾਂ ਦੀਆਂ ਸੇਵਾਵਾਂ ਨਿਭਾ ਰਿਹਾ ਹਾਂ। ਯੋਗਾ ਨਾਲ ਸੰਬੰਧਿਤ ਉਤਪਾਦਾਂ ਜਿਵੇਂ ਕਿ ਯੋਗਾ ਮੈਟ, ਕੱਪੜੇ ਅਤੇ ਸਹਾਇਕ ਉਪਕਰਣਾਂ ਦੀ ਮੰਗ ਵੀ ਤੇਜ਼ੀ ਨਾਲ ਵੱਧ ਰਹੀ ਹੈ। ਇਹ ਇਹਨਾਂ ਉਤਪਾਦਾਂ ਦੇ ਨਿਰਮਾਣ, ਵੰਡ ਤੇ ਵਿਕਰੀ ਕਾਰਨ ਬਾਜ਼ਾਰ 'ਚ ਕਾਰੋਬਾਰ ਨੂੰ ਨਵਾਂ ਉਤਸ਼ਾਹ ਮਿਲਿਆ ਹੈ। ਤੁਸੀਂ ਮਹੀਨੇ ਦੋ ਮਹੀਨੇ 'ਚ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ। ਲੋਕ ਯੋਗਸ਼ਾਲਾ ਦੇ ਬਣੇ ਪਿਆਰੇ, ਰੁਜ਼ਗਾਰ ਦੇ ਹੋਏ ਵਾਰੇ ਨਿਆਰੇ।